ਕਿਤੇ ਤੁਸੀਂ ਤਾਂ ਨਹੀਂ ਹੋ ਰਹੇ ਹੋ ਠੱਗੀ ਦਾ ਸ਼ਿਕਾਰ। ਘਰ ਬੈਠੇ ਚੈੱਕ ਕਰੋ ਆਪਣਾ ਵੀਜ਼ਾ, ਓਰੀਜਨਲ ਹੈ ਜਾਂ ਡੁਪਲੀਕੇਟ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਸ਼ੁਭਮ, ਤੁਸੀਂ ਦੇਖ ਰਹੇ ਹੋ ਲਾਈਫ ਫੋਰ ਪੰਜਾਬ। ਆਓ ਤੁਹਾਨੂੰ ਦੱਸੀਏ ਤੁਸੀਂ ਆਪਣਾ ਵੀਜ਼ਾ ਕਿਵੇਂ ਚੈੱਕ ਕਰ ਸਕਦੇ ਹੋ। ਦੋਸਤੋ ਤੁਸੀਂ ਗੂਗਲ 'ਤੇ ਜਾਣਾ ਅਤੇ ਉੱਥੇ ਇਹ ਸਰਚ ਕਰਨਾ ਮਲੇਸ਼ੀਆ ਵੀਜ਼ਾ। ਉਸ ਤੋਂ ਬਾਅਦ ਵੈਬਸਾਈਟ ਆਊਗੀ ਆਫਿਸ਼ੀਅਲੀ ਮਲੇਸ਼ੀਆ ਵੀਜ਼ਾ, ਉੱਥੇ ਕਲਿੱਕ ਕਰੋਗੇ। ਉਸ ਤੋਂ ਬਾਅਦ ਆਊਗਾ ਚੈੱਕ ਵੀਜ਼ਾ, ਚੈੱਕ ਈ ਵੀਜ਼ਾ, ਉਹਦੇ ਕਲਿੱਕ ਕਰੋਗੇ। ਉੱਥੇ ਪਾਸਪੋਰਟ ਨੰਬਰ, ਟਿਕਟ ਨੰਬਰ ਵਗੈਰਾ, ਆਪਸ਼ਨ ਵਗੈਰਾ ਸਾਰੀਆਂ ਹੋਣਗੀਆਂ। ਉੱਥੇ ਲਿਖਿਆ ਹੋਇਆ, ਸਾਰੀ ਡਿਟੇਲ ਦਿੱਤੀ ਹੋਈ ਹੈ ਇਹਨਾਂ ਨੇ ਵੀ ਕਿੱਥੇ ਕਿੱਥੇ ਟਿਕਟ ਨੰਬਰ ਹੈਗਾ ਅਤੇ ਕਿੱਥੇ ਕਿੱਥੇ ਪਾਸਪੋਰਟ ਦਾ ਨੰਬਰ ਹੈਗਾ। ਹੁਣ ਇੱਥੇ ਪਾਸਪੋਰਟ 'ਤੇ ਪਾਪਾ ਕਲਿੱਕ ਕਰਦੇ ਹਾਂ ਅਤੇ ਇੱਥੇ ਲਿਖਿਆ ਹੋਇਆ ਵੀ ਪਾਸਪੋਰਟ ਦਾ ਨੰਬਰ ਇੱਥੇ ਲਿਖਿਆ ਹੋਇਆ, ਅਤੇ ਉਸ ਤੋਂ ਬਾਅਦ ਦੂਜੇ ਨੰਬਰ 'ਤੇ ਲਿਖਿਆ ਟਿਕਟ ਨੰਬਰ। ਟਿਕਟ ਨੰਬਰ ਵੀ ਇੱਥੇ ਤੁਸੀਂ ਵੇਖੋਗੇ, ਟਿਕਟ ਨੰਬਰ ਇੱਥੇ ਲਿਖਿਆ ਹੋਇਆ ਅਤੇ ਇੱਥੋਂ ਤੁਸੀਂ ਵੇਖ ਕੇ ਇੱਥੇ ਫਿਲ ਕਰੋ। ਦੋਸਤੋ ਤੁਸੀਂ ਆਪਣਾ ਪਾਸਪੋਰਟ ਨੰਬਰ ਅਤੇ ਟਿਕਟ ਨੰਬਰ ਫਿਲ ਕਰਨਾ ਅਤੇ ਉੱਥੇ ਈ ਵੀਜ਼ਾ 'ਤੇ ਕਲਿੱਕ ਕਰਨਾ। ਨੀਚੇ ਤੁਸੀਂ ਕੈਪਚਾ ਹੋਊਗਾ, ਕੈਪਚਾ 'ਤੇ ਕਲਿੱਕ ਕਰ ਦੇਣਾ ਅਤੇ ਉਸ ਤੋਂ ਬਾਅਦ ਚੈੱਕ 'ਤੇ ਕਲਿੱਕ ਕਰ ਦੇਣਾ। ਉੱਥੇ ਸਾਨੂੰ ਤੁਹਾਨੂੰ ਆਪਦੇ ਵੀਜ਼ੇ ਦੀ ਸਾਰੀ ਡਿਟੇਲ ਆ ਜਾਊਗੀ, ਤੁਹਾਡਾ ਵੀਜ਼ਾ ਜਾਲੀ ਹੈ ਜਾਂ ਓਰੀਜਨਲ ਹੈ, ਰੈਫਰੈਂਸ ਨੰਬਰ, ਪਾਸਪੋਰਟ ਨੰਬਰ, ਐਪਲੀਕੇਸ਼ਨ ਨੰਬਰ, ਵੀਜ਼ਾ ਵੈਲਿਡਿਟੀ ਅਤੇ ਵੀਜ਼ਾ ਸਟੇਟਸ ਵੀ ਦੱਸਣਗੇ ਵੀ ਤੁਹਾਡਾ ਵੀਜ਼ਾ ਵੈਲਿਡ ਹੈਗਾ ਅਤੇ ਨਹੀਂ ਹੈਗਾ। ਇਸ ਤਰੀਕੇ ਨਾਲ ਤੁਸੀਂ ਆਪਣਾ ਵੀਜ਼ਾ ਚੈੱਕ ਕਰ ਸਕਦੇ ਹੋ ਔਨਲਾਈਨ ਵੀ ਤੁਹਾਡਾ ਵੀਜ਼ਾ ਓਰੀਜਨਲ ਹੈ ਜਾਂ ਡੁਪਲੀਕੇਟ। ਹੋਰ ਜਾਣਕਾਰੀ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ ਜੀ।